ਅੱਜ ਦੁਪਹਿਰ ਦੁਪਹਿਰੇ 2 ਵਜੇ ਦੇ ਕਰੀਬ ਸਥਾਨਕ ਦੁਆਬਾ ਪਬਲਿਕ ਸਕੂਲ ਦੇ ਅੱਗੇ ਮਾਹੌਲ ਉਸ ਵੇਲੇ ਤਣਾਅ ਵਾਲਾ ਹੋ ਗਿਆ ਜਦੋਂ ਸਕੂਲ ਪ੍ਰਬੰਧਕਾਂ ਵੱਲੋਂ ਜਬਰੀ ਵਸੂਲੀਆਂ ਜਾਂਦੀਆਂ ਫੀਸਾਂ ਸਾਲਾਨਾ ਫੰਡਾਂ ਅਤੇ ਬੱਸ ਕਿਰਾਏ ਦੇ ਵਿਰੋਧ ਵਿੱਚ ਸਕੂਲ ਅੱਗੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਧਰਨਾਕਾਰੀ ਸ਼ਾਂਤੀਪੂਰਵਕ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਸਕੂਲ ਦੀਆਂ ਮਹਿਲਾ ਅਧਿਆਪਕਾਂ ਨੇ ਔਰਤਾਂ ਹੋਣ ਦਾ ਫਾਇਦਾ ਲੈਂਦੇ ਹੋਏ ਮਾਪਿਆਂ ਨੂੰ ਹੱਥ ਖੜੇ ਕਰਕੇ ਕੁਝ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਮਾਹੌਲ ਪੂਰੀ ਤਰ੍ਹਾਂ ਗਰਮ ਹੋ ਗਿਆ। ਏਸੀਪੀ ਗੜਸ਼ੰਕਰ ਤੁਸਾਰ ਗੁਪਤਾ ਅਤੇ ਐਸਐਚਓ ਸਤਵਿੰਦਰ ਸਿੰਘ ਧਾਲੀਵਾਲ ਵੱਡੀ ਗਿਣਤੀ ਵਿੱਚ ਫੋਰਸ ਲੈ ਕੇ ਪਹੁੰਚੇ ਅਤੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਧਰਨਾਕਾਰੀਆਂ ਦਾ ਸਾਰੀਆਂ ਸ਼ਰਤਾਂ ਮਨਵਾ ਕੇ ਧਰਨਾ ਖਤਮ ਕਰਵਾਇਆ। मैं जद भी कह पैसे नहीं मैं देने पैसे नहीं मैं देने बुक थोड़ी लै लै चलिया जे बच्चे आ जाओगे तो पैसे दे देवे नहीं तो नहीं ਫੜਾਇਆ ਉਸ ਵੇਲੇ ਮੀਤ ਪ੍ਰਧਾਨ ਦੁਆਬਾ ਜੋਨ ਹਲਕਾ ਇੰਚਾਰਜ ਗੜਸ਼ੰਕਰ। ਇਹ ਦੇਖੋ ਆ ਸਕੂਲ ਦੁਆਬਾ ਸਕੂਲ ਆ ਮਾਲਪੁਰ ਦਾ। ਇਹ ਜਿਹੜੇ ਕੋਰਟ ਦੇ ਜਿਹੜੇ ਨਿਯਮ ਹੈ ਉਹਨਾਂ ਨੂੰ ਇਹ ਮੰਨਦੇ ਨਹੀਂ ਤੇ ਅੱਜ ਬਹੁਤ ਸਾਰੇ ਮਾਪੇ ਇਕੱਠੇ ਹੋ ਕੇ ਆਏ ਆ ਵਿਦਿਆਰਥੀਆਂ ਦੇ। ਉਹ ਕਹਿੰਦੇ ਆ ਵੀ ਇਹ ਸਾਤੋਂ ਇਹ ਜਿਹੜੇ ਐਨੂਅਲ ਚਾਰਜ ਆ ਅਤੇ ਨਾਲ ਬਿਲਡਿੰਗ ਫੰਡ ਆ ਅਤੇ ਹੋਰ ਜਿਹੜੇ ਚਾਰਜ ਆ ਉਹ ਮੰਗਦੇ ਆ ਜਦ ਕਿ ਮਾਪ ਇਹ ਜਿਹੜੇ ਆ ਕਿਉਂਕਿ ਕਰੋਨਾ ਮਹਾਂਮਾਰੀ ਦਾ ਦੌਰ ਚੱਲਦਾ ਉਹ ਨਹੀਂ ਦੇ ਸਕਦੇ। ਇਸ ਕਰਕੇ ਸਕੂਲ ਵਾਲਿਆਂ ਨੂੰ ਚਾਹੀਦਾ ਕਿ ਮਾਂ ਉਹਨਾਂ ਦੀਆਂ ਜਿਹੜੀਆਂ ਮਾਪੇ ਦੀਆਂ ਸਮੱਸਿਆਵਾਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਕੋਰਟ ਦੇ ਹੁਕਮ ਆ ਉਹਨਾਂ ਨੂੰ ਮੰਨਿਆ ਜਾਵੇ। ਤੁਸੀਂ ਹੁਣ ਅਗਲੀ ਰਣਨੀਤੀ ਕੀ ਬਣਾਓਗੇ? ਅਗਲੀ ਰਣਨੀਤੀ ਤੁਸੀਂ ਦੇਖੋ ਜੀ, ਬਹੁਤ ਸਾਰੇ 300-400 ਪੇਰੈਂਟਸ ਆਏ ਹੋਏ ਆ। ਜਿੱਦਾਂ ਉਹ ਪੇਰੈਂਟਸ ਕਹਿਣਗੇ ਅਸੀਂ ਉਹਨਾਂ ਦੇ ਨਾਲ ਆ, ਅਸੀਂ ਜਿਹੜੀ ਜਿਹੜੀ ਆਵਾਜ਼ ਆ ਜਿਹੜੀ ਮਾਪੇ ਦੀ ਆਵਾਜ਼ ਆ ਉਹਨੂੰ ਜ਼ਰੂਰ ਬੁਲੰਦ ਕਰਾਂਗੇ। ਹਾਂਜੀ ਭਾਅ ਜੀ, ਕੀ ਅੰਦਰ ਫੈਸਲਾ ਲਿਆ ਗਿਆ ਭਾਅ ਜੀ? ਹਾਂਜੀ ਸਰ, ਅੰਦਰ ਅਸੀਂ ਮੈਨੇਜਮੈਂਟ ਦੇ 5 ਮੈਂਬਰ ਗਏ ਸੀਗੇ ਜੀ ਸਕੂਲ ਪੇਰੈਂਟਸ ਵੱਲੋਂ, ਤੇ ਅੰਦਰ ਮੈਨੇਜਮੈਂਟ ਨੇ ਇਹ ਫੈਸਲਾ ਕੀਤਾ ਵੀ ਕੋਈ ਵੀ ਐਨੂਅਲ ਚਾਰਜਿਸ ਕਿਸੇ ਵੀ ਪੇਰੈਂਟਸ ਕੋਲ ਨਹੀਂ ਲਿਆ ਜਾਵੇਗਾ, ਨਾ ਕੋਈ ਬੱਸ ਚਾਰਜ ਲਿਆ ਜਾਵੇਗਾ। ਜਦੋਂ ਸਕੂਲ ਓਪਨ ਹੋਣਗੇ, ਜਿੰਨਾ ਚਿਰ ਤੁਹਾਡਾ ਬੱਚਾ ਸਕੂਲ ਦੇ ਵਿੱਚ ਮਤਲਬ ਬੱਸ ਵਿੱਚ ਬੈਠ ਕੇ ਸਕੂਲ ਆਊਗਾ, ਉਹੀ ਮਾਂ ਦਾ ਸਕੂਲ ਬੱਸ ਫੀਸ ਲਿਆ ਜਾਊਗਾ, ਤਾਂ ਉੱਤੋਂ ਹੀ ਤੁਹਾਡਾ ਇਨਫਰਾਸਟ੍ਰਕਚਰ ਚਾਰਜ ਲਿਆ ਜਾਵੇਗਾ, ਓਨਲੀ ਟਿਊਸ਼ਨ ਫੀਸ ਹੀ ਲਈ ਜਾਵੇਗੀ ਮਾਪਿਆਂ ਕੋਲ। ਅਤੇ ਇਹ ਜਿਹੜਾ ਨੋਟਿਸ ਹੈ ਸਕੂਲ ਦੇ ਸਨੈਪ ਐਪ ਹੋਮ ਦੇ ਉੱਤੇ ਆਉਣ ਵਾਲੇ 10 ਮਿੰਟ ਦੇ ਵਿੱਚ ਪਾਸਦਾ ਸਕੂਲ ਵੱਲੋਂ ਪਾਸਦਾ ਜਾਵੇਗਾ। ਧੰਨਵਾਦ ਜੀ।